ਵਾਹਿਗੁਰੂ ਜੀ, ਜੇ ਮੈਨੂੰ ਫਿਰ ਆਪ ਕਿਰਪਾ ਕਰਦੇ ਹੋ, ਸੰਤ ਜਨ ਮਿਲ ਜਾਣ ਤੇ ਮੈਂ ਫਿਰ ਕੀ ਕਰਾਂਗਾ ਅੱਗੋਂ। ਮਹਾਰਾਜ ਜੀ, ਆਪ ਜੀ ਦੇ ਸੰਤ ਜਨ ਮੇਰੇ ਸਨਮੁਖ ਹੋਵੇ, ਆਪ ਜੀ ਦੀ ਸੰਗਤ ਸਾਡੇ ਸਨਮੁਖ ਹੋਵੇ। ਤੇ ਮਹਾਰਾਜ ਜੀ, ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨਾ ਬੁਲਾਵਾ। ਮਹਾਰਾਜ ਜੀ, ਆਪਣੇ ਆਪ ਨੂੰ ਨੀਚਾ ਤੋਂ ਨੀਚ ਔਰ ਨੀਚ ਤੋਂ ਵੀ ਨੀਚ ਜਾਣ ਕੇ ਮੈਂ ਉਹਨਾਂ ਦੇ ਅੱਗੇ ਝੁਕ ਜਾਵਾਂਗਾ, ਲੇਟ ਜਾਵਾਂਗਾ। ਔਰ ਮਹਾਰਾਜ ਜੀ, ਕਰ ਬਿਨਾ ਬੁਲਾਵਾ, ਬੇਨਤੀਆਂ ਜੋਦੜੀਆਂ ਕਰ ਕਰਕੇ ਉਹਨਾਂ ਅੱਗੇ ਨਿਰਮਾਣ ਹੋ ਕੇ ਵਚਨ ਕਰਾਂਗਾ, ਬੁਲਾਵਾਂਗਾ। ਭਾਵ ਸੰਤ ਜਨ ਮੂਹਰੇ ਖੜਾ ਹੋਵੇ ਤੇ ਗੁਰਸਿੱਖ ਦੇ ਜੀਵਨ ਵਿੱਚ ਐਸੀ ਬਖਸ਼ਿਸ਼ ਹੋਵੇ, ਨਿਮਰਤਾ ਥਾਂ ਦੀ ਹੋਵੇ, ਗੁਰਮੁਖ ਜਨਾ ਸੰਤ ਜਨਾਂ ਦਾ ਸਤਿਕਾਰ ਕਰਨਾ, ਅਦਬ ਕਿਵੇਂ ਕਰਨਾ, ਐਸੀ ਨਿਰਮਾਣਤਾ ਹੋਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਆਪਣੇ ਆਪ ਨੂੰ ਨੀਚਾਂ ਤੋਂ ਵੀ ਨੀਚ ਜਾਣ ਲੈਣਾ, ਨੀਚ ਤੇ ਨੀਚ ਅਤ ਨੀਚ ਹੋਏ, ਨੀਚ ਤੇ ਨੀਚ ਅਤ ਨੀਚ ਹੋਏ। ਦੇਹ ਅਭਿਮਾਨ ਤਿਆਗ ਦੇਣਾ, ਆਪਣੇ ਸਰੀਰ ਦਾ ਅਭਿਮਾਨ ਤਿਆਗ ਦੇਣਾ, ਕਿਉਂ ਸਰੀਰ ਨੂੰ ਅਸੀਂ ਬੜਾ ਸੰਭਾਲ ਕੇ ਰੱਖਦੇ ਹਾਂ। ਇਹ ਮੱਥਾ ਟੇਕਣ ਵੇਲੇ ਜੀ ਇੱਥੇ ਮਿੱਟੀ ਤਾਂ ਨਹੀਂ ਲੱਗ ਜਾਏਗੀ, ਇਹਨਾਂ ਨੂੰ ਜੇ ਅਸੀਂ ਚਰਨ ਸਪਰਸ਼ ਕਰ ਲਵਾਂਗੇ ਆਲੇ ਦੁਆਲੇ ਦੇਖਣ ਵਾਲੇ, ਕਿਤੇ ਉਹਨਾਂ ਸਾਹਮਣੇ ਮੈਂ ਛੋਟਾ ਤਾਂ ਨਹੀਂ ਹੋ ਜਾਵਾਂਗਾ। ਜੇ ਕੋਈ ਸੰਤ ਜਨ ਮਹਾਤਮਾ ਕੋਈ ਛੋਟੀ ਉਮਰ ਦਾ ਖੜਾ ਹੋਵੇ ਸਾਹਮਣੇ ਤੇ ਆਪਣੀ ਉਮਰ ਦੇਖ ਕੇ ਲਜਾ ਕਰ ਲੈਣੀ ਵੀ ਇਹ ਛੋਟਾ ਹੈ ਮੈਂ ਵੱਡਾ, ਜਿਵੇਂ ਪੰਡਿਤ ਲਾਲ ਚੰਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਗੇ ਝੁਕਣ ਤੋਂ ਹੰਕਾਰੀ ਹੋ ਗਿਆ, ਕਹਿੰਦਾ ਇਹ 5 ਸਾਲ ਦਾ ਬਾਲਕ ਹੈ, ਮੈਂ ਪੰਡਿਤ ਵਿਦਵਾਨ ਵੇਦਾਂ ਸ਼ਾਸਤਰਾਂ ਦਾ ਗਿਆਤਾ ਹਾਂ। ਉਮਰ ਵੀ ਜਿਹੜੀ ਆ ਉਹ ਰੋੜਾ ਬਣ ਜਾਂਦੀ ਝੁਕਣ ਦੇ ਅੰਦਰ, ਸੰਸਾਰੀ ਲੋਕਾਂ ਦੀ ਆਲੇ ਦੁਆਲੇ ਖੜੇ ਲੋਕਾਂ ਦੀ ਲੱਜਾ ਵੀ ਉਹ ਰੋੜਾ ਬਣ ਜਾ ਕਰਦੀ ਹੈ। ਸਰੀਰ ਨੂੰ ਮਿੱਟੀ ਨਾ ਲੱਗ ਜਾਏ, ਮੇਰੇ ਪਰਨੇ ਨੂੰ ਮੇਰੀ ਦਸਤਾਰ ਨੂੰ ਮਿੱਟੀ ਨਾ ਲੱਗ ਜਾਏ ਵੀ ਖਿਆਲ ਆ ਜਾਂਦਾ। ਉਹ ਦੇਹ ਅਭਿਮਾਨ, ਕਿਉਂ ਦੇਹ ਨਾਲ ਜੁੜਿਆ ਹੋਇਆ ਚਿੱਤ, ਦੇਹ ਅਭਿਮਾਨ ਤਿਆਗ ਕੇ ਨੀਚ ਹੋ ਜਾਣਾ, ਫਿਰ ਵਿਦਵਤਾ ਦਾ ਆਪਣੇ ਗਿਆਨ ਦਾ ਮਾਣ ਤਿਆਗ ਕੇ ਨੀਚ ਹੋ ਜਾਣਾ। ਜਦੋਂ ਕੋਈ ਮਹਾਤਮਾ ਬ੍ਰਹਮ ਗਿਆਨੀ ਮੂਹਰੇ ਖੜਾ ਹੋਵੇ, ਫਿਰ ਭਾਵੇਂ ਆਪ ਵੇਦਾਂ ਸ਼ਾਸਤਰਾਂ ਦਾ ਗਿਆਤਾ ਕਿਉਂ ਨਾ ਹੋਵੇ, ਉਹ ਸਾਰਾ ਮਾਣ ਛੱਡ ਕੇ, ਉਹ ਸੰਸਾਰੀ ਵਿਦਿਆ ਤੋਂ ਕੋਰਾ ਅਨਪੜ੍ਹ ਬ੍ਰਹਮ ਗਿਆਨੀ ਹੋਵੇ, ਉਹਦੇ ਅੱਗੇ ਝੁਕ ਜਾਣਾ, ਇਹ ਨਿਰਮਾਣਤਾ ਇਹ ਵਾਹਿਗੁਰੂ ਮੇਰੇ ਅੰਦਰ ਬਣਾਏ। ਮਹਾਤਮਾ ਮਹਾਂਪੁਰਖ ਜਮਨਾ ਦੇ ਕਿਨਾਰੇ ਰਿਹਾ ਕਰਦੇ, ਉਮਰ ਲਗਭਗ ਉਹਨਾਂ ਦੀ 125 ਸਾਲ ਦੇ ਕਰੀਬ ਹੋਈ, ਐਸੀ ਉਹਨਾਂ ਦੇ ਉੱਤੇ ਕਿਰਪਾ ਸੀ। ਰੋਮ ਰੋਮ ਕਰਕੇ ਭਜਨ ਕਰਦੇ ਸੀ ਕ੍ਰਿਸ਼ਨ ਜੀ ਦੇ ਭਗਤ, ਉਹ ਰੋਮ ਰੋਮ ਕਰਕੇ ਉਹ ਕ੍ਰਿਸ਼ਨ ਕ੍ਰਿਸ਼ਨ ਹਰੀ ਕ੍ਰਿਸ਼ਨ ਏਦਾਂ ਜਾਪ ਕਰਿਆ ਕਰਦੇ। ਕਰਦੇ ਕਿਵੇਂ ਸੀ? ਉਹਨਾਂ ਨੂੰ ਗਿਣਤੀ ਨਹੀਂ ਸੀ ਆਉਂਦੀ, ਗਿਣਤੀ ਨਹੀਂ ਸੀ ਆਉਂਦੀ ਕਿਸੇ ਤੋਂ। ਉਹਨਾਂ ਨੇ ਕੀ ਕੀਤਾ? ਕਹਿੰਦੇ ਮੈਨੂੰ 108, ਮੈਨੂੰ ਗਿਣਤੀ ਤਾਂ ਆਉਂਦੀ ਨਹੀਂ, 108 ਰੋੜੇ ਇਕੱਠੇ ਕਰਾ ਕੇ ਰੱਖ ਲਏ ਤੇ ਉਹ ਰੋੜੇ ਸਾਰੀ ਉਮਰ ਨਾਲ ਢੋਏ ਤੇ ਜਿੱਥੇ ਬਹਿ ਜਾਣਾ ਆਸਣ ਲਾ ਕੇ ਤੇ ਉਹ ਰੋੜੇ ਜਿਹੜੇ ਆ ਬਸ ਉਹੀ ਗਿਣ ਗਿਣ ਕੇ ਪੂਰੇ ਕਰ ਦੇਣੇ ਤੇ ਸਾਰੀ ਦਿਹਾੜੀ ਦਿਨੇ ਔਰ ਰਾਤ ਭਜਨੀ ਕਰਨਾ। ਵੱਡੇ ਤੋਂ ਵੱਡੇ ਪੰਡਿਤ ਵੇਦ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਵਿਦਵਾਨ ਮਹਾਤਮਾ ਉਹਨਾਂ ਮਹਾਂਪੁਰਖਾਂ ਨੂੰ ਜਾ ਕੇ ਮੱਥਾ ਟੇਕਦੇ ਸੀ ਜਿਨ੍ਹਾਂ ਨੂੰ 108 ਤੱਕ ਗਿਣਤੀ ਨਹੀਂ ਸੀ ਆਉਂਦੀ। ਭਾਵ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਜਿਨ੍ਹਾਂ ਨੂੰ ਆਪਾਂ ਮੱਥਾ ਟੇਕਦੇ ਹਾਂ, ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਭਗਤ ਨਾਮਦੇਵ ਸਾਹਿਬ ਜੀ, ਇਹਨਾਂ ਨੂੰ ਪੜ੍ਹਨਾ ਤਾਂ ਦੂਰ, ਮੰਦਰਾਂ 'ਚ ਵੜਨ ਤੱਕ ਨਹੀਂ ਦਿੱਤਾ ਗਿਆ, ਉਹਨਾਂ ਸਮਿਆਂ ਅੰਦਰ ਧੱਕੇ ਮਾਰੇ ਗਏ ਆ, ਮੰਦਰਾਂ 'ਚੋਂ ਕੱਢ ਦਿੱਤਾ ਗਿਆ। ਤਾਂ ਹੀ ਮਹਾਰਾਜ ਨੇ ਲਿਖਿਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਤੋ ਮੰਦਰਾਂ ਤੱਕ ਚ ਵੜਨ ਨਹੀਂ ਦਿੱਤਾ ਗਿਆ, ਸਕੂਲ ਚ ਜਾਣ ਨਹੀਂ ਦਿੱਤਾ ਗਿਆ, ਪਾਠਸ਼ਾਲਾ ਚ ਕਿਤੇ ਪੜ੍ਹਨ ਨਹੀਂ ਗਏ, ਪਰ ਉਹਨਾਂ ਦੀ ਬਾਣੀ ਸਾਰੇ ਪੜ੍ਹਦੇ ਤੇ ਸਾਰੇ ਮੱਥਾ ਟੇਕਦੇ ਆ। ਇਹ ਵਡਿਆਈਆਂ ਕਾਹਦੀਆਂ? ਪ੍ਰਭੂ ਪ੍ਰੇਮ ਚ ਭਿੱਜਿਆ ਹੋਇਆਂ ਦੀ ਨਾਮ ਦੀਆਂ ਵਡਿਆਈਆਂ। ਐਸੇ ਸੰਤ ਜਨ ਮਹਾਰਾਜ ਜੀ ਆਖਦੇ, ਸਾਹਮਣੇ ਸੰਤ ਜਨ ਕੋਈ ਬ੍ਰਹਮ ਗਿਆਨੀ ਆਣ ਕੇ ਖੜਾ ਹੋ ਜਾਏ, ਫਿਰ ਆਪਣੀ ਵਿਦਿਆ ਦਾ ਮਾਨ, ਸ਼ਾਸਤਰਾਂ ਦਾ ਮਿਆਨ ਇਹ ਸਭ ਮਹਾਰਾਜ ਜੀ ਮੈਂ ਤਿਆਗ ਦਿਆਂ, ਐਸਾ ਮੇਰਾ ਮਨ ਹੋ ਜਾਏ।
ਆਪਣਾ ਦੇਹ ਅਭਿਮਾਨ ਛੁੱਟ ਜਾਏ, ਸਰੀਰ ਦਾ ਖਿਆਲ ਭੁੱਲ ਜਾਏ, ਲੋਕ ਲੱਜਾ ਮੈਂ ਤਿਆਗ ਦਿਆਂ, ਉਮਰ ਦਾ ਮਾਣ ਛੁੱਟ ਜਾਏ। ਜੇ ਮੇਰੇ ਅੰਦਰ ਕੋਈ ਮਾੜੀ ਮੋਟੀ ਵਿਦਿਆ ਦੀ ਪ੍ਰਾਪਤੀ ਹੈ, ਕੋਈ ਗਿਆਨ ਦੀ ਪ੍ਰਾਪਤੀ, ਮਹਾਰਾਜ ਆਪ ਜੀ ਦੇ ਸੰਤ ਜਨ ਮਿਲਣ, ਤਾਂ ਮੈਂ ਉਹ ਵੀ ਅਭਿਮਾਨ ਤਿਆਗ ਦਿਆਂ। ਫਿਰ ਗੁਣਾਂ ਦਾ ਅਭਿਮਾਨ, ਨੀਚ ਤੇ ਨੀਚ ਅਤਿ ਨੀਚ ਹੋਏ, ਅਤਿ ਨੀਚ ਹੋ ਜਾਣਾ। ਜੇ ਮੇਰੇ ਅੰਦਰ ਕੋਈ ਗੁਣ ਹੈ, ਜਿਵੇਂ ਸਤ, ਸੰਤੋਖ, ਦਇਆ, ਧਰਮ, ਇਹ ਜਿਹੜੇ ਗੁਣ ਹੁੰਦੇ, ਸ਼ੁਭ ਗੁਣ ਹੁੰਦੇ, ਇਹ ਨਾਮ ਵਿੱਚੋਂ ਪ੍ਰਕਾਸ਼ਿਤ ਹੁੰਦੇ। ਨਾਮ ਜਪਣ ਵਾਲਾ ਜਿਹੜਾ ਹਿਰਦਾ, ਉਹ ਅਤ ਦਾ ਕੋਮਲ ਹੋ ਜਾਂਦਾ। ਮਾੜਾ ਜਿਹਾ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ, ਕਿਸੇ ਨੂੰ ਦੁੱਖ ਹੋ ਰਿਹਾ, ਉਹਦੇ ਦੁੱਖ ਨੂੰ ਆਪਣਾ ਦੁੱਖੀ ਮਹਿਸੂਸ ਕਰਨ ਲੱਗ ਜਾਂਦੇ। ਰੱਬ ਦੇ ਪਿਆਰਿਆਂ ਅੰਦਰ ਐਸਾ ਦਰਦ ਹੁੰਦਾ। ਉਹ ਮਹਾਰਾਜ ਸੱਚੇ ਪਾਤਸ਼ਾਹ ਵਚਨ ਕਰਦੇ, ਸੰਤ ਜਨ ਹਮੇਸ਼ਾ ਪਰਉਪਕਾਰੀ ਹੋਇਆ ਕਰਦੇ, ਜਨਮ ਮਰਨ ਦੁਹੂੰ ਮੈਂ ਨਾਹੀ ਜਨ ਪਰਉਪਕਾਰੀ ਆਏ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਇਹ ਵਚਨ ਹੈ। ਉਹ ਕਹਿੰਦੇ, ਜੇ ਕਿਸੇ ਦੁਖੀ ਨੂੰ ਦੇਖ ਕੇ ਤੇਰਾ ਮਨ ਦੁਖੀ ਨਹੀਂ ਹੋ ਰਿਹਾ, ਉਹਦੇ ਦੁੱਖ ਨੂੰ ਮਹਿਸੂਸ ਨਹੀਂ ਕਰਦਾ, ਸਮਝ ਤੇਰਾ ਕੀਤਾ ਹੋਇਆ ਨਿਤਨੇਮ, ਤੇਰੀ ਕੀਤੀ ਹੋਈ ਸੇਵਾ ਦਰਗਾਹ 'ਚ ਥਾਈ ਨਹੀਂ ਪਈ, ਕਬੂਲ ਨਹੀਂ ਹੋਈ, ਕਿਉਂ ਤੇਰਾ ਦਿਲ ਅਜੇ ਪੱਥਰ ਹੀ ਹੈ। ਧਰਮ ਦਇਆ ਦਾ ਪੁੱਤਰ ਹੈ, ਧਰਮ ਦਇਆ ਵਿੱਚੋਂ ਪੈਦਾ ਹੁੰਦਾ। ਜਦ ਮਾਤਾ ਨਹੀਂ ਆਈ ਹੈ, ਪੁੱਤਰ ਕਦੋਂ ਆ ਜਾਏਗਾ, ਧਰਮੀ ਕਿੱਥੋਂ ਹੋ ਜਾਏਗਾ। ਕਹਿੰਦੇ, ਕਿਸੇ ਦੁਖੀ ਨੂੰ ਦੇਖ ਕੇ ਤੇਰਾ ਵਿੱਚ ਇੱਤ ਜੇ ਦੁਖੀ ਹੋ ਰਿਹਾ, ਤੇ ਜਾਣ ਤੇਰਾ ਨਿਤਨੇਮ, ਤੇਰਾ ਨਾਮ ਜਿਹੜਾ ਦਰਗਾਹ 'ਚ ਕਬੂਲ ਹੋ ਰਿਹਾ। ਤੇ ਹੁੰਦਾ ਇਹ ਆ, ਸੰਸਾਰੀ ਲੋਕ ਦਾ ਸੁਭਾਅ ਇਹ ਹੁੰਦਾ, ਦੂਜਿਆਂ ਨੂੰ ਸੁਖੀ ਦੇਖ ਕੇ ਦੁਖੀ ਹੋਣਾ। ਸਾਡਾ ਸੁਭਾਅ, ਮਨਮੁਖ ਲੋਕ ਜੋ ਹੁੰਦਾ, ਉਹਦਾ ਸੁਭਾਅ ਇਹ ਹੁੰਦਾ ਵੀ ਕੋਈ ਗੁਆਂਢੀ ਸੁਖੀ ਕਿਉਂ ਹੈ, ਆਪਣੇ ਦੁੱਖਾਂ ਕਰਕੇ ਲੋਕ ਘੱਟ ਦੁਖੀ ਹੈ, ਦੂਜੇ ਦੇ ਸੁੱਖਾਂ ਕਰਕੇ ਬਹੁਤੇ ਦੁਖੀ ਹੋ ਜਾਂਦੇ। ਉਹ ਈਰਖਾ ਦੀ ਅਗਨ, ਸ਼ਰੀਕਾਂ ਨੂੰ ਸੁੱਖ ਕਿਉਂ ਹੋ ਗਿਆ, ਉਹ ਤ੍ਰਿਸ਼ਨਾ ਦੀ, ਵਾਸਨਾ ਦੀ ਅਗਨ ਜਿਹੜੀ ਉਹ ਬਹੁਤਾ ਸਾੜਿਆ ਕਰਦੀ ਹੈ। ਦੁੱਖ ਵਿੱਚ ਕਿਸੇ ਨੂੰ ਦੇਖ ਕੇ ਤੇ ਦੁਖੀ ਹੋ ਜਾਣਾ, ਇਹ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੁੰਦੀ। ਮਹਾਰਾਜ ਜੀ, ਇਹ ਜਿਹੜੇ ਆਪ ਜੀ ਗੁਣ ਬਖਸ਼ਿਸ਼ ਕਰਦੇ ਹੋ, ਸਤ, ਸੰਤੋਖ, ਦਇਆ, ਧਰਮ ਆਦਿਕ, ਇਹ ਜੇ ਮੇਰੇ ਅੰਦਰ ਆਪ ਜੀ ਦੇ ਨਾਮ ਦੀ ਕਿਰਪਾ ਦੇ ਨਾਲ ਪ੍ਰਕਾਸ਼ਿਤ ਹਨ, ਤਾਂ ਉਹਨਾਂ ਗੁਣਾਂ ਦਾ ਵੀ ਮੈਂ ਹੰਕਾਰ ਤਿਆਗਦੇ ਹਾਂ, ਉਹਨਾਂ ਨੂੰ ਆਪ ਜੀ ਦੇ ਜਾਣ ਕੇ ਆਪ ਜੀ ਨੂੰ ਅਰਪਣ ਕਰਦੇ ਹਾਂ। ਮਹਾਰਾਜ ਜੀ, ਆਪ ਜੀ ਦੇ ਸੰਤ ਜਨ ਸਾਹਮਣੇ ਖੜੇ ਹੋਣ, ਉਹਨਾਂ ਵਿੱਚੋਂ ਮੈਂ ਦੋਸ਼ ਨਾ ਦੇਖ ਕੇ, ਕਿਉਂ ਦ੍ਰਿਸ਼ਟੀ ਦੋਸ਼ ਦਿਖਾਉਂਦੀ ਹੁੰਦੀ ਹੈ ਵੀ ਇਹ ਸੰਤਾਂ 'ਚ ਤਾਂ ਆਹ ਚੀਜ਼ ਆ, ਮੇਰੇ ਅੰਦਰ ਤਾਂ ਮੈਂ ਤਾਂ ਇੰਨਾ ਭਜਨ ਕਰਦਾ, ਮੈਂ ਆਹ ਚੀਜ਼ ਕਰਦਾ, ਇਹ ਤਾਂ ਇੱਦਾਂ ਕਰਦੇ ਨਹੀਂ ਹੈ, ਮੈਂ ਇੰਨੇ ਵਜੇ ਉੱਠਦਾ ਤਾਂ ਇਹ ਇੱਦਾਂ ਦੇ ਆ, ਕਿਉਂ ਮਹਾਂਪੁਰਖ ਕਈ ਲੀਲਾ ਕਰਦੇ ਹੁੰਦੇ। ਮਹਾਂਪੁਰਖ ਬਾਬਾ ਜੀ, ਬਾਬਾ ਠਾਕੁਰ ਸਿੰਘ ਜੀ ਭਿੰਡਰਾਂ ਵਾਲੇ ਜੋ ਹੋਏ, ਉਹਨਾਂ ਨੇ ਕੀ ਕਰਨਾ, ਸਾਰੇ ਵਿਦਿਆਰਥੀ ਟਕਸਾਲ ਦੇ ਜਿਹੜੇ ਹੁੰਦੇ, ਪੜ੍ਹਨ ਵਾਲੇ ਵਿਦਿਆਰਥੀ, ਸੰਥਿਆ ਲੈਣ ਵਾਲੇ, ਉਹਨਾਂ ਸਾਰਿਆਂ ਨੂੰ ਆਪ ਜਾ ਜਾ ਕੇ ਕਮਰੇ 'ਚ ਸਵਾ ਦੇਣਾ। ਉਹਨਾਂ ਨੂੰ ਕਹਿਣਾ, ਸੌਂ ਜਾਓ, ਟਾਈਮ ਨਾਲ ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਤੇ ਉਹਨਾਂ ਨੂੰ ਸਵਾ ਕੇ ਤੇ ਲੰਗਰ 'ਚ ਚਲੇ ਜਾਣਾ। ਜਿਹੜੇ ਭਾਂਡੇ ਜੂਠੇ ਰਹਿੰਦੇ ਹੁੰਦੇ ਮਾਂਜਣ ਵਾਲੇ, ਤੇ ਉਹ ਫਿਰ ਮਾਂਜਣੇ ਉਹਨਾਂ ਮਹਾਂਪੁਰਖਾਂ ਨੇ, ਰਾਤ 1-1:30 ਤੱਕ ਭਾਂਡੇ ਮਾਂਜਣੇ ਲੰਗਰ ਦੇ, ਤੇ ਫਿਰ ਆਪ ਆਰਾਮ 'ਚ ਹੋ ਜਾਣਾ। ਵਿਦਿਆਰਥੀਆਂ ਨੇ ਉੱਠਣਾ 2:30, ਉਹਨਾਂ ਨੇ ਉੱਠਣਾ, ਉਹਨਾਂ ਨੇ ਦੇਖਣਾ ਅਸੀਂ ਪਹਿਲਾਂ ਉੱਠ ਗਏ ਤੇ ਮਹਾਂਪੁਰਖ ਅਜੇ ਸੁੱਤੇ, ਇਹ ਨਹੀਂ ਪਤਾ ਵੀ ਉਹ ਤਾਂ 1:30 ਸੁੱਤੇ ਆ। ਤੇ ਜਦੋਂ ਮਹਾਂਪੁਰਖਾਂ ਨੇ 4:30 ਜਾਂ 4:15 ਤੌਲੀਆ ਕਛਹਿਰਾ ਲਾ ਕੇ ਇਸ਼ਨਾਨ ਨੂੰ ਜਾਣਾ, ਉਹਨਾਂ ਨੇ ਕਹਿਣਾ ਅਸੀਂ ਤਾਂ ਨਿਤਨੇਮ ਵੀ ਕਰ ਆਏ, ਮਹਾਰਾਜ ਦੀ ਸੇਵਾ ਵੀ ਕਰ ਆਏ, ਮਹਾਂਪੁਰਖ ਹੁਣ ਉੱਠੇ ਆ। ਸੋ ਇਹ ਹੰਗਤਾ ਜਾਂ ਅਭਿਮਾਨ ਆ ਜਾਣਾ ਵੀ ਸਾਡੇ ਅੰਦਰ ਗੁਣ ਆ, ਇਹ ਤਾਂ ਇੱਦਾਂ ਕਰਦੇ ਆ, ਬਾਹਰੀ ਕਰਮ ਦੇਖ ਕੇ ਆਪਣੇ ਅੰਦਰ ਹੰਕਾਰ ਪੈਦਾ ਕਰ ਲੈਣਾ, ਇਹਦਾ ਵੀ ਮਹਾਰਾਜ ਮੈਂ ਤਿਆਗ ਕਰਦੇ ਹਾਂ। ਮੇਰੇ ਅੰਦਰ ਇਹ ਜਿਹੜਾ ਗੁਣਾਂ ਦਾ ਅਭਿਮਾਨ ਹੈ ਇਹ ਵੀ ਨਾ ਆਵੇ, ਐਸੀ ਆਪ ਜੀ ਬਖਸ਼ਿਸ਼ ਕਰ ਦਿਓ। ਜੇ ਆਪ ਜੀ ਦੇ ਸੰਤ ਜਨ ਮਿਲਣ, ਫਿਰ ਉਹਨਾਂ ਨੂੰ ਮਿਲਣ ਦੀ ਜੁਗਤ ਵੀ ਮੇਰੇ ਅੰਦਰ ਹੋਵੇ। ਦੇਹ ਅਭਿਮਾਨ, ਮੈਂ ਆਪਣੇ ਸਰੀਰ ਦਾ ਖਿਆਲ, ਲੱਜਾ ਸੰਸਾਰ ਦੀ, ਇਹ ਤਿਆਗ ਦਿਆਂ, ਔਰ ਦੂਸਰਾ ਵਿਦਿਆ ਦਾ ਮਾਣ ਤਿਆਗ ਦਿਆਂ, ਇਹ ਵੀ ਆਪਣੇ ਅੰਦਰ ਨੀਚਤਾ, ਨਿਰਮਾਣਤਾ ਲਿਆਵਾਂ,
ਔਰ ਮਹਾਰਾਜ ਜੀ ਜੇ ਅੰਦਰ ਕੋਈ ਗੁਣ ਹੈ ਉਸ ਗੁਣ ਦਾ ਮੇਰੇ ਅੰਦਰ ਮਾਣ ਪੈਦਾ ਨਾ ਹੋਵੇ ਤੇ ਕਿਸੇ ਸੰਤ ਜਨ ਵੱਲ ਦੇਖ ਕੇ ਉਹਦੇ ਪ੍ਰਤੀ ਦੋਸ਼ ਦ੍ਰਿਸ਼ਟੀ ਨਾ ਬਣ ਜਾਏ, ਐਸੀ ਆਪ ਜੀ ਕਿਰਪਾਲਤਾ ਰੱਖਿਓ। ਰੱਬ ਦੇ ਪਿਆਰੇ ਮਿਲ ਜ਼ਰੂਰ ਜਾਂਦੇ ਆ, ਪਰ ਇਹ ਤਿੰਨੇ ਚੀਜ਼ਾਂ ਤਿਆਗਣੀਆਂ ਬੜੀਆਂ ਕਠਿਨ ਹੈ ਭਾਈ। ਇੱਕ ਤਾਂ ਝੁਕਿਆ ਨਹੀਂ ਜਾਂਦਾ ਉਹਨਾਂ ਅੱਗੇ ਨਿਰਮਾਣਤਾ ਦੇ ਨਾਲ, ਹੰਗਤਾ ਹੰਕਾਰ ਰੋੜਾ ਬਣ ਜਾ ਕਰਦਾ। ਫਿਰ ਸੰਸਾਰ ਦੀ ਲੱਜਾ ਦੇਖ ਲੈਂਦੇ ਆ ਵੀ ਇਹ ਲੋਕ ਦੇਖ ਰਹੇ ਮੇਰੀ ਉਮਰ ਵੱਡੀ ਆ ਜਾਂ ਮੇਰੀ ਵਿਦਿਆ ਵੱਡੀ ਆ, ਮੈਂ ਇਹਨਾਂ ਅੱਗੇ ਕਿਉਂ ਝੁਕਾਂ। ਐਸਾ ਵੀ ਹੁੰਦਾ, ਇੱਕ ਸੰਤ ਦੂਜੇ ਸੰਤ ਦਾ ਸਤਿਕਾਰ ਕਈ ਵਾਰ ਇਸੇ ਕਰਕੇ ਨਹੀਂ ਕਰਦੇ, ਉਹ ਕਹਿੰਦੇ ਜੇ ਮੈਂ ਉਹਦੇ ਅੱਗੇ ਝੁਕਿਆ। ਅਸਲ ਵਿੱਚ ਇਹੋ ਜਿਹੇ ਲੋਕ ਸੰਤ ਹੁੰਦੇ ਨਹੀਂ ਹੈ। ਸੰਤ ਜਿਹੜਾ ਹੁੰਦਾ ਉਹ ਤਾਂ ਸਦਾ ਹੀ ਨਿਰਮਾਣਤਾ ਅੰਦਰ ਰਹਿੰਦਾ, ਪਰ ਜਿਨ੍ਹਾਂ ਨੂੰ ਅਸੀਂ ਲੋਕ ਸੰਤ ਮੰਨਦੇ ਹਾਂ ਉਹ ਉਹਨਾਂ ਦੇ ਅੰਦਰ ਇਤਨਾ ਕੁ ਹੰਕਾਰ ਹੁੰਦਾ ਗਿਆਨ ਵਿਦਿਆ ਦਾ, ਉਹ ਕਹਿੰਦੇ ਜੇ ਅਸੀਂ ਉਹਨੂੰ ਫਤਿਹ ਪਹਿਲਾਂ ਬੁਲਾਤੀ ਫਿਰ ਅਸੀਂ ਛੋਟੇ ਹੋ ਜਾਵਾਂਗੇ। ਜੇ ਉਹਨੇ ਦੂਜੇ ਨੇ ਸੋਚਿਆ ਵੀ ਮੈਂ ਅੱਜ ਝੁੱਕ ਕੇ ਮੱਥਾ ਟੇਕ ਤਾਂ ਮੈਂ ਛੋਟਾ, ਅਸਲ ਵਿੱਚ ਮੱਥਾ ਟੇਕਣ ਵਾਲਾ ਪਹਿਲਾਂ ਫਤਿਹ ਬੁਲਾਉਣ ਵਾਲਾ ਵੱਡਾ ਹੋ ਜਾਂਦਾ। ਕਲਗੀਧਰ ਜੀ ਦਾ ਬਚਨ ਹੈ, ਕਹਿੰਦੇ ਜੇ ਕੋਈ ਸਿੰਘ ਸਿੰਘ ਨੂੰ ਮਿਲੇ ਫਤਿਹ ਬੁਲਾਵੇ, ਜਿਹੜਾ ਪਹਿਲਾਂ ਫਤਿਹ ਬੁਲਾਉਂਦਾ ਉਹਦੇ ਵੱਲ ਮੇਰਾ ਮੁੱਖ ਹੈ, ਉਹਦੇ ਵੱਲ ਮੇਰਾ ਮੁੱਖ ਹੋ ਗਿਆ। ਤੇ ਕਹਿੰਦੇ ਦੂਜਾ, ਕਹਿੰਦੇ ਜਿਹੜਾ ਫਤਿਹ ਦਾ ਜਵਾਬ ਦੇ ਰਿਹਾ ਉਹਦੇ ਮੈਂ ਨਾਲ ਖੜਾ, ਉਹਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ। ਤੇ ਜਿਹੜਾ ਫਤਿਹ ਦਾ ਜਵਾਬ ਹੀ ਨਾ ਦੇਵੇ, ਕਹਿੰਦੇ ਉਹਦੇ ਵੱਲ ਜਾਣੋ ਵੀ ਮੇਰੀ ਪਿੱਠ ਆ, ਉਹ ਸਿੱਖ ਵੱਲ ਸਾਡਾ ਮੁੱਖ ਵੀ ਨਹੀਂ, ਨਾ ਉਹਦੇ ਅਸੀਂ ਨਾਲ ਖੜੇ ਆ, ਉਹਦੇ ਵੱਲ ਸਾਡੀ ਪਿੱਠ ਆ। ਪਹਿਲੋਂ ਫਤਿਹ ਜਿਹੜਾ ਬੁਲਾਉਂਦੇ ਉਹਦੇ ਵੱਲ ਤਾਂ ਸਤਿਗੁਰੂ ਜੀ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਸਤਿਗੁਰੂ ਮਹਾਰਾਜ ਜੀ ਦਾ ਉਹਦੇ ਵੱਲ ਮੁੱਖ ਹੋ ਜਾਂਦਾ। ਤੋ ਪਹਿਲੋਂ ਜਿਹੜਾ ਝੁਕਦਾ ਨਮਸਕਾਰ ਕਰਦਾ ਫਤਿਹ ਬੁਲਾਉਂਦਾ, ਉਹ ਨਿਮਰਤਾ ਦੀ ਔਰ ਵੱਡੇ ਹੋਣ ਦੀ ਨਿਸ਼ਾਨੀ ਹੈ। ਜੇ ਕੋਈ ਆਖੇ ਵੀ ਮੈਂ ਨਹੀਂ ਝੁਕਣਾ ਜੀ ਮੈਂ ਛੋਟਾ ਹੋ ਜਾਵਾਂਗਾ, ਇਹ ਹੰਗਤਾ ਹੰਕਾਰ ਦੀ ਜਿਹੜੀ ਆ ਨਿਸ਼ਾਨੀ ਹੈ, ਤੇ ਇਹ ਜਿਹੜੀ ਹੈ ਵਿਦਿਆ ਦਾ ਮਾਣ ਤਿਆਗਣਾ ਬੜਾ ਕਠਿਨ ਹੈ। ਦੂਸਰਾ ਗੁਣਾਂ ਦਾ ਅਭਿਮਾਨ, ਦੂਜਿਆਂ ਚ ਦੋਸ਼ ਨਾ ਦੇਖ ਕੇ ਆਪਣੇ ਗੁਣਾਂ ਦਾ ਜਿਹੜਾ ਮਾਣ ਹੈ ਇਹਨੂੰ ਢੱਕ ਲੈਣਾ, ਇਹ ਵੀ ਬੜਾ ਕਠਿਨ ਹੁੰਦਾ। ਆਪਣੇ ਗੁਣ ਵੱਡੇ ਜਾਣ ਲੈਣੇ, ਦੂਜੇ ਚ ਦੋਸ਼ ਕੱਢ ਲੈਣਾ, ਇਹ ਤਾਂ ਜੀ ਇੱਦਾਂ ਕਰਦੇ ਉੱਦਾਂ ਕਰਦੇ ਆ, ਫਿਰ ਇਹ ਜਿਹੜਾ ਅਭਿਮਾਨ ਹੈ ਉਹ ਭਜਨ ਚ ਰਸ ਨਹੀਂ ਆਉਣ ਦਿੰਦਾ। ਕਿਉਂ, ਇਹ ਵੱਡਾ ਦੋਸ਼ ਹੈ ਭਾਈ। ਇਹ ਬੜੇ ਬੜੇ ਮਹਾਤਮਾ ਦੇ ਜੀਵਨ ਵਿੱਚ ਪੜਿਆ ਔਰ ਸੁਣਿਆ, ਕਿਸੇ ਅਵਸਥਾ ਤੇ ਜਾ ਕੇ ਸਿਮਰਨ ਰੁਕ ਜਾਂਦਾ, ਜਦੋਂ ਸਿਮਰਨ ਰੁਕ ਜਾਂਦਾ ਭਜਨ ਚ ਰਸ ਆਉਣਾ ਬੰਦ ਹੋ ਜਾਂਦਾ, ਫਿਰ ਉਹ ਬੇਨਤੀ ਕਰਦੇ ਜਾ ਕੇ ਆਪਣੇ ਮਹਾਂਪੁਰਖਾਂ ਨੂੰ ਜਾ ਕੇ ਬੇਨਤੀ ਕਰਦੇ, ਮਹਾਰਾਜ ਸਿਮਰਨ ਚੋਂ ਰਸ ਆਉਣਾ ਬੰਦ ਹੋ ਗਿਆ, ਭਜਨ ਚੋਂ ਰਸ ਆਉਣਾ ਟਿਕਾ ਇਹ ਬੰਦ ਹੋ ਗਿਆ। ਫਿਰ ਜਿਹੜਾ ਦੋਸ਼ ਨਿਕਲ ਕੇ ਆਇਆ, ਇਹ ਬੜੇ ਮਹਾਤਮਾ ਦੇ ਜੀਵਨ ਚ ਇੱਦਾਂ ਹੋਇਆ, ਉਹ ਕਹਿੰਦੇ ਕਿਸੇ ਸੰਤ ਦੇ ਪ੍ਰਤੀ ਕਿਸੇ ਰੱਬ ਦੇ ਪਿਆਰੇ ਪ੍ਰਤੀ ਮਨ ਅੰਦਰ ਈਰਖਾ ਤਾਂ ਨਹੀਂ ਬਣਾ ਲਈ, ਦੋਸ਼ ਤਾਂ ਨਹੀਂ ਭਰ ਲਿਆ, ਨਿੰਦਾ ਤਾਂ ਨਹੀਂ ਬਣਾ ਲਈ ਮਨ ਦੇ ਅੰਦਰ। ਤੇ ਜਦੋਂ ਕਹਿੰਦੇ ਜੇ ਉਹ ਕਹਿੰਦੇ ਹਾਂ ਜੀ ਫਲਾਣੇ ਮਹਾਤਮਾ ਦੇ ਪ੍ਰਤੀ ਮੇਰੇ ਮਨ ਚ ਫੁਰਨਾ ਬਣ ਗਿਆ ਸੀ, ਤੇ ਕਹਿੰਦੇ ਬਸ ਇਹ ਵੱਡਾ ਦੋਸ਼ ਹੈ, ਇਹ ਫੁਰਨਾ ਮਿਟੋ, ਛੇਤੀ ਤੋਂ ਛੇਤੀ ਜਾ ਤਾਂ ਉਹ ਮਹਾਂਪੁਰਖ ਕੋਲ ਜਾ ਕੇ ਆਪ ਮਾਫੀ ਮੰਗੋ, ਜਾਂ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਖੜ ਕੇ ਇਹਦੀ ਵਾਰ ਵਾਰ ਪ੍ਰਾਰਥਨਾ ਕਰੋ ਵੀ ਮਹਾਰਾਜ ਮੈਨੂੰ ਮਾਫ ਕਰ ਦਿਓ। ਤੇ ਉਹ ਸੰਤ ਨੂੰ ਸਤਿਗੁਰੂ ਸਰੂਪ ਜਾਣ ਕੇ, ਗੁਰੂ ਸਰੂਪ ਜਾਣ ਕੇ ਉਹਦੇ ਅੱਗੇ ਝੁਕਣਾ ਕਰੋ, ਜੇ ਫਿਰ ਉਹ ਦੋਸ਼ ਕੱਟਿਆ ਜਾਂਦਾ, ਫਿਰ ਭਜਨ ਚ ਵਿਰਧੀ ਹੁੰਦੀ ਹੈ, ਫਿਰ ਉਹ ਭਜਨ ਦਾ ਰਸ ਦੁਬਾਰਾ ਬਰਕਰਾਰ ਹੁੰਦਾ। ਇਹ ਹੈਗੀਆਂ ਅੰਦਰ ਦੀਆਂ ਬਾਤਾਂ। ਜੇ ਕੋਈ ਰੱਬ ਦੇ ਪਿਆਰੇ ਹੈ, ਨਾਮ ਜਪਣ ਵਾਲੇ ਆ, ਉਹਨਾਂ ਦਾ ਤਾਂ ਸਦਾ ਹੀ ਸਤਿਕਾਰ ਕਰਨਾ, ਅਦਬ ਕਰਨਾ, ਪਰ ਹੈ ਕਠਿਨ ਬਾਤ। ਪਹਿਲਾਂ ਹੀ ਹੁਕਮਨਾਮੇ ਦੀ ਰਮਤਾ ਤੋਂ ਇਹ ਬਚਨ ਸ਼ੁਰੂ ਕੀਤਾ ਵੀ ਜਿਹੜੀ ਮਹਾਰਾਜ ਜੀ ਗੱਲ ਕਹਿ ਰਹੇ ਅੱਜ ਹੁਕਮਨਾਮਾ ਸਾਹਿਬ ਦੇ ਅੰਦਰ ਹੈ ਬੜੀ ਔਖੀ ਘਾਟੀ। ਮਨ ਦੇ ਹੰਕਾਰ ਨੂੰ ਮੇਟ ਦੇਣਾ, ਝੁਕ ਜਾਣਾ, ਨਿਰਮਾਣਤਾ ਚ ਲਿਆਉਣਾ, ਇਹੀ ਤਾਂ ਸਾਧਨਾ ਸਾਰੀ। ਜਨਮਾਂ ਜਨਮਾਂਤਰ ਲੱਗ ਜਾਂਦੇ ਆਪਣੇ ਹੰਕਾਰ ਨੂੰ ਮਿਟਣ ਵਾਸਤੇ। ਜਿਹਦੀ ਹਾਂ ਮਿਟ ਗਈ ਭਾਈ, ਉਹ ਪ੍ਰਭੂ ਸਰੂਪ ਹੋ ਜਾਂਦਾ, ਸਤਿਗੁਰੂ ਸਰੂਪ ਹੋ ਜਾਂਦਾ। ਹੈ ਔਖੀ ਘਾਟੀ, ਰਾਈ ਦੇ
ਦਾਣੇ ਨਾਲੋਂ ਵੀ ਛੋਟਾ ਹੋ ਜਾਣਾ ਤੇ ਫੇਰ ਇਹ ਮੁਕਤੀ ਦੇ ਦੁਆਰੇ ਚ ਨਿਕਲਣਾ, ਐਸੀ ਉਹ ਬਾਤ ਹੈ। ਤੋ ਮਹਾਰਾਜ ਜੀ ਇੱਥੇ ਬਚਨ ਕਰਦੇ ਹੈ, ਵਾਹਿਗੁਰੂ ਜੀ ਪਹਿਲਾਂ ਤਾਂ ਆਪ ਜੀ ਦੇ ਸੰਤ ਜਣ ਮਿਲਣ, ਉਹਨਾਂ ਦੇ ਮੈਨੂੰ ਚਰਨਾਂ ਦੀ ਧੂੜ ਮਿਲੇ, ਜੇ ਮਿਲ ਜਾਣ ਤਾਂ ਫਿਰ ਮੈਂ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨਾਂ ਬੁਲਾਵਾਂ। ਮਹਾਰਾਜ ਜੀ ਹਰ ਪ੍ਰਕਾਰ ਨਾਲ ਆਪਣੇ ਮਨ ਨੂੰ ਨੀਚ ਨੀਚਤਾ ਵਿੱਚ, ਨਿਰਮਾਣਤਾ ਵਿੱਚ ਰੱਖ ਕੇ ਉਹਨਾਂ ਨੂੰ ਬੇਨਤੀ ਕਰਾਂ, ਜੋਦੜੀ ਕਰਾਂ, ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨਾਂ ਬੁਲਾਵਾ ਭਾਵ ਮਲੋਵਾ ਆਪ ਤਿਆਗ ਸੰਤ ਸ਼ਰਨ ਸਮਾਵਾ। ਉਹਨਾਂ ਦੇ ਮੈਂ ਚਰਨ ਮਲਾਂ ਮਹਾਰਾਜ ਜੀ, ਭਾਵ ਮਲੋਵਾ ਆਪ ਤਿਆਗ। ਕਿਵੇਂ ਮਲਾਂ? ਆਪਣੇ ਹੰਕਾਰ ਨੂੰ ਤਿਆਗ ਕੇ, ਕਿਉਂ ਹੰਕਾਰ ਨੂੰ ਤਿਆਗੇ ਬਿਨਾਂ ਕਿਸੇ ਦੇ ਚਰਨ ਪਕੜਨੇ, ਉਹਨਾਂ ਦੀ ਚਰਨ ਘੁੱਟਣੇ ਬੜਾ ਕਠਿਨ ਹੈ। ਅੱਜ ਕੱਲ੍ਹ ਤਾਂ ਮਾਤਾ ਪਿਤਾ ਦੇ ਚਰਨ ਘੁੱਟਣ ਵੇਲੇ ਉਦੋਂ ਵੀ ਬੰਦਾ ਹੰਕਾਰੀ ਹੋ ਜਾਂਦਾ ਵੀ ਭਾਵੇਂ ਹੈ ਬਾਪੂ ਸਾਡਾ ਹੀ ਹੈ, ਮਾਤਾ ਭਾਵੇਂ ਆਪਣੀ ਹੋ ਹੈ, ਚਾਹੇ ਨੂੰਹ ਹੈ ਚਾਹੇ ਪੁੱਤਰ ਹੈ, ਉਹਦੇ ਚਰਨ ਘੁੱਟਣੇ ਵੇਖੋ ਕਿੰਨਾ ਔਖਾ ਲੱਗਦਾ। ਕਿਸੇ ਨੂੰਹ ਨੂੰ ਕੋਈ ਸੱਸ ਕਹਿ ਦੇਵੇ ਜਾਂ ਪੁੱਤਰੀ ਕਹਿ ਦੇਵੇ ਮੇਰੀ ਮਾਤਾ ਦੇ ਚਰਨ ਘੁੱਟ ਦਿਓ, ਜਾਂ ਪਿਤਾ ਦੀ ਸੇਵਾ ਕਰਨੀ ਪੈ ਜਾਵੇ ਪੁੱਤਰ ਨੂੰ ਚਰਨ ਘੁੱਟਣੇ ਪੈ ਜਾਣ, ਮੱਥਾ ਟੇਕਣਾ ਹੀ ਉਹ ਔਖਾ ਲੱਗਣ ਲੱਗ ਗਿਆ, ਇੰਨਾ ਕੁ ਹੰਕਾਰ ਹੈ ਪਿਤਾ ਸਾਡਾ ਹੀ ਹੈ ਭਾਵੇਂ। ਤੋ ਇਹ ਸੰਸਾਰ ਅੰਦਰ ਇਹ ਤਾਂ ਪਰਿਵਾਰ ਅੰਦਰ ਹੀ ਨਜ਼ਰ ਆਉਂਦੀਆਂ, ਤੇ ਸੰਤ ਜਨ ਕਿਸੇ ਮਹਾਤਮਾ ਮਹਾਂਪੁਰਖ ਬ੍ਰਹਮ ਗਿਆਨੀ ਦੇ ਚਰਨ ਪਕੜ ਲੈਣੇ, ਹੰਕਾਰ ਨੂੰ ਤਿਆਗ ਕੇ ਸੇਵਾ ਕਰਨੀ ਵੱਡਿਆਂ ਭਾਗਾਂ ਨਾਲ ਕਿਸੇ ਨੂੰ ਪ੍ਰਾਪਤ ਹੁੰਦੀ ਹੈ। ਤੋ ਮਹਾਰਾਜ ਜੀ ਵਚਨ ਕਰਦੇ ਪਾਵ ਮਲੋਵਾ ਆਪ ਤਿਆਗ ਸੰਤ ਸ਼ਰਨ ਸਮਾਵੋ। ਆਪ ਜੀ ਦੇ ਸੰਤ ਜਨਾਂ ਦੀ ਹੇ ਵਾਹਿਗੁਰੂ ਜੀ ਮੈਂ ਸ਼ਰਨ ਚ ਸਮਾ ਜਾਵਾਂ, ਉਹਨਾਂ ਦੀ ਸ਼ਰਣੀ ਹੋ ਪਿਆਰ ਹਾਂ ਮਹਾਰਾਜ, ਐਸੀ ਆਪ ਜੀ ਕਿਰਪਾਲਤਾ ਕਰ ਦਿਓ। ਸੰਤ ਜਨ ਮਿਲ ਜਾਣ ਤੇ ਮੈਂ ਉਹਨਾਂ ਦੇ ਚਰਨ ਚਾਪਾਂ। ਕੱਲ ਭਗਵਾਨ ਕ੍ਰਿਸ਼ਨ ਜੀ ਦਾ ਬਚਨ ਆਇਆ ਸੀ, ਜਦੋਂ ਜੱਗ ਦੀ ਸੇਵਾ ਲੱਗੀ, ਪਾਂਡਵਾਂ ਨੇ ਜੱਗ ਕੀਤਾ, ਸਾਰਿਆਂ ਦੀਆਂ ਡਿਊਟੀਆਂ ਲੱਗ ਗਈਆਂ, ਭਗਵਾਨ ਜੀ ਤੁਸੀਂ ਕੀ ਕਰੋਗੇ, ਤੁਸੀਂ ਕਿਹੜੀ ਡਿਊਟੀ ਲਾਓਗੇ, ਅਰਜਨ ਬੇਨਤੀ ਕਰਦਾ, ਤੁਸੀਂ ਕਿਹੜੇ ਆਸਣ ਤੇ ਵਿਰਾਜੋਗੇ, ਤੁਹਾਡੇ ਵਾਸਤੇ ਕਿਹੜੀ ਜਗ੍ਹਾ ਠੀਕ ਹੈ। ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਅਰਜਨ ਹਰੇਕ ਨੇ ਆਪੋ ਆਪਣੀ ਡਿਊਟੀ ਲੈ ਲਈ ਹੈ, ਮੈਨੂੰ ਜਿਹੜੇ ਲੋਕ ਆਉਣਗੇ ਜਿਹੜੀ ਸੰਗਤ ਆਵੇਗੀ ਉਹਨਾਂ ਦੇ ਚਰਨ ਧੋਣ ਦੀ ਸੇਵਾ ਦੇ ਦਿਓ, ਇਹ ਮੈਂ ਕਰਾਂਗਾ। ਦੁਆਪਰ ਯੁੱਗ ਦਾ ਮਾਲਕ ਹੋਵੇ, ਅਵਤਾਰ ਹੋਵੇ ਸਮੇਂ ਦਾ, ਤੇ ਆਉਣ ਵਾਲਿਆਂ ਦੀ ਸਾਰਿਆਂ ਦੇ ਚਰਨ ਧੋਣ ਦੀ ਸੇਵਾ ਲੈ ਰਿਹਾ ਹੋਵੇ, ਕੈਸੀ ਅੱਤ ਦੀ ਨਿਰਮਾਣਤਾ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਪਾਵ ਮਲੋਵਾ ਆਪ ਤਿਆਗ ਸੰਤ ਸ਼ਰਨ ਸਮਾਵੋ। ਮਹਾਰਾਜ ਆਪ ਜੀ ਦੇ ਪਿਆਰੇ ਮਿਲ ਜਾਣ, ਗੁਰਮੁਖ ਜਿਨ੍ਹਾਂ ਦੇ ਰੋਮ ਰੋਮ ਵਿੱਚ ਆਪ ਜੀ ਦੇ ਨਾਮ ਦਾ ਜਾਪ ਹੁੰਦਾ, ਉਹਨਾਂ ਦੇ ਮੈਂ ਚਰਨ ਮਲਾਂ, ਆਪਣੇ ਹੰਕਾਰ ਨੂੰ ਤਿਆਗ ਕੇ ਉਹਨਾਂ ਦੀ ਸ਼ਰਨ ਵਿੱਚ ਹੀ ਸਮਾ